ਸੁਕਾਲ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ੀਆ ਟੀਵੀ ਮੈਂ ਜੋਗਰਾਜ ਸਿੰਘ ਕਹਾਂ ਤੋ ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ ਅੱਜ ਮੇਰੇ ਨਾਲ ਬੰਜਾਰਾ ਟੀਮ ਦੇ ਮੈਂਬਰਸ ਨੇ ਟੀਮ ਦੇ ਫਾਊਂਡਰ ਰਾਜ ਸਿੰਘ ਪੰਡਾਲ ਤੇ ਨਾਲ ਦੇ ਨਾਲ ਉਹਨਾਂ ਦੇ ਹਿਊਮਨ ਰਾਈਟ ਲਾਇਰ ਨੇ ਜਿਸਕੀ ਰੇ ਸਿੰਘ ਤਾਂਜੂ ਉਹ ਸਟੂਡੀਓ 'ਚ ਸਾਡੇ ਨਾਲ ਮੌਜੂਦ ਨੇ ਬੜੇ ਅਹਿਮ ਵਿਸ਼ੇ ਤੇ ਤੁਹਾਡੇ ਨਾਲ ਗੱਲ ਕਰਨੀ ਆ ਹੁਣ ਅਸੀਂ ਸਾਰੇ ਇੱਥੇ ਕੈਨੇਡਾ ਦੇ ਵਿੱਚ ਵਿਚਰਦੇ ਆ ਅਸੀਂ ਆਪਣੇ ਆਪ ਨੂੰ ਕਿਸ ਨਾਮ ਦੇ ਨਾਲ ਜਾਣਦੇ ਆ ਉਹ ਆਪਣੇ ਆਪ ਨੂੰ ਸਿੱਖ ਕਹਿ ਕੇ ਆਇਡੈਂਟੀਫਾਈ ਕਰਦਾ ਹੋਊ ਕੋਈ ਪੰਜਾਬੀ ਕਹਿ ਕੇ ਆਇਡੈਂਟੀਫਾਈ ਕਰਦਾ ਹੋਊ ਕੋਈ ਪਾਕਿਸਤਾਨੀ ਪੰਜਾਬੀ ਕਹਿ ਕੇ ਕਰਦਾ ਹੋ ਕੋਈ ਹਿੰਦੂ ਕਹਿ ਕੇ ਕਰਦਾ ਹੋ ਕੋਈ ਮਸਲਮ ਕਹਿ ਕੇ ਕਰਦਾ ਹੋ ਪਰ ਇਦਾਂ ਹੀ ਜੋ ਸਰਕਾਰ ਵੱਲੋਂ ਜਾਂ ਕਹ ਲਈ ਇੱਕ ਨਾਮ ਦਿੱਤਾ ਗਿਆ ਸਾਰਿਆਂ ਨੂੰ ਉਹ ਸਾਊਥ ਏਸ਼ੀਅਨ ਪਾਈਚਰਾ ਦਿੱਤਾ ਗਿਆ ਬਹੁਤ ਪ੍ਰਾਊਡਲੀ ਬੱਚੇ ਵੀ ਕਹਿੰਦੇ ਨੇ ਪਰ ਇਹਦੀ ਪਿੱਠ ਭੂਮੀ ਕੀ ਹੈ ਖਤਰਨਾਕ ਕਿਦਾਂ ਸਾਬਤ ਹੋ ਰਿਹਾ ਸਾਡੇ ਸਾਰਿਆਂ ਵਾਸਤੇ ਉਹਦੇ ਨਾਲ ਗੱਲ ਕਰਨ ਲਈ ਸਾਡੇ ਨਾਲ ਪੰਜਾਰਾ ਵੱਲੋਂ ਮੈਂਬਰ ਮੌਜੂਦ ਨੇ ਨਾਲ ਉਹਨਾਂ ਦੇ ਫਾਊਂਡਰ ਤੇ ਨਾਲ ਹਿਊਮਨ ਰਾਈਟਸ ਤੋਂ ਲਾਇਰ ਨੇ ਤਾਂ ਜੋ ਸੱਸੀ ਗੱਲ ਜੀ ਬਹੁਤ ਸਵਾਗਤ ਜੀ ਸੱਸੀ ਗੱਲ ਸਾਰ ਪੜੀ ਕਿਦਾਂ ਤੁਸੀਂ ਦੇਖਦੇ ਹੋ ਸਾਊਥ ਏਸ਼ੀਅਨ ਨਾਮ ਨੂੰ ਜਿਹੜਾ ਤੁਸੀਂ ਝੰਡਾ ਚੁੱਕਿਆ ਹੈ ਕਿ ਬਈ ਅਸੀਂ ਸਾਊਥ ਏਸ਼ੀਅਨ ਨਹੀਂ ਆ ਕਹਿ ਲੋ ਜਾਂ ਸਾਨੂੰ ਇਹਦੇ ਵਿੱਚ ਆਇਡੈਂਟੀਫਾਈ ਕਰੋ ਸਾਡੀ ਆਇਡੈਂਟੀਟੀ ਨੂੰ ਪ੍ਰੋਪਰਲੀ ਲੋਕਾਂ ਸਾਹਮਣੇ ਲੈ ਕੇ ਆਓ ਇਹ ਕਿੱਥੋਂ ਗੱਲ ਸ਼ੁਰੂ ਹੁੰਦੀ ਹੈ ਇਹ ਜਿਹੜਾ ਸਾਡਾ ਕੈਨੇਡਾ ਚ ਸਫਰ ਹੈ ਜੀ ਉਹ ਪਹਿਲਾਂ ਕਿਸੇ ਜੁਬਾਨੇ ਸਾਨੂੰ Hindu ਕਹਿੰਦੇ ਸੀ ਫਿਰ ਪਾਕੀ ਹੋ ਗਏ ਫਿਰ ਇਸਟ ਇੰਡੀਅਨ ਹੋ ਗਏ ਫਿਰ Indo Canadian ਹੋ ਗਏ ਔਰ ਮਸੀ ਮਸੀ ਵਾਇਗਰੂ ਦੀ ਮੇਰੇ ਨਾਲ ਅਸੀਂ 6 ਕੈਨੇਡੀਅਨ ਹੋਏ ਆ ਜਿਹੜੇ ਮੁਸਲਮਾਨ ਭਾਈ ਨੇ ਉਹ ਮੁਸਲਮ ਕੈਨੇਡੀਅਨ ਹੋਏ ਨੇ ਜਿਹੜੇ ਸਾਡੇ ਹਿੰਦੂ ਭਰਾ ਨੇ ਹਿੰਦੂ ਕੈਨੇਡੀਅਨ ਹੋਏ ਨੇ ਜਾਂ ਜੇ ਕਿਸੇ ਨੇ ਆਪਣੇ ਆਪ ਨੂੰ ਖਿੱਤੇ ਨਾਲ ਆਈਡੈਂਟੀਫਾਈ ਕਰਨਾ ਉਹ ਕਹਿ ਸਕਦਾ ਵੀ ਮੈਂ ਪੰਜਾਬੀ ਕੈਨੇਡੀਅਨ ਆ ਜਾਂ ਮੈਂ ਹਰਿਆਣਵੀ ਕੈਨੇਡੀਅਨ ਆ ਪਰ ਜਿਹੜਾ ਇਹ ਸਾਊਥ ਏਸ਼ੀਆ ਜਿਹੜਾ ਨਾ ਇਹ ਆਪਾਂ ਟਰਮ ਬਣਾਉਣਾ ਚਾਹੁੰਦੇ ਆ ਵੀ ਯੂਨਾਈਟਿਡ ਸਟੇਟ ਆਫ ਸਾਊਥ ਏਸ਼ੀਆ ਇਹ ਮੇਰੇ ਖਿਆਲ ਇਹਦੇ ਬਾਰੇ ਬਹੁਤ ਆਪਾਂ ਨੂੰ ਨਾ ਥੋੜਾ ਬਹੁਤ ਠਰਮੇ ਨਾਲ ਸੋਚਣਾ ਚਾਹੀਦਾ ਬੀ ਇਹ ਜਿਹੜੇ ਲੌਂਗ ਟਰਮ ਇੰਪਲੀਕੇਸ਼ਨ ਤੇ ਕਨਸੀਕਵੈਂਸਸ ਕੀ ਹੋ ਸਕਦੇ ਨੇ ਹਮ ਮੈਂ ਇੱਕ ਗੱਲ ਪਹਿਲਾਂ ਵੀ ਕੀਤੀ ਆ ਉਹ ਮੈਂ ਫੇਰ ਦਰਾਹਾਂਗਾ ਕਿ ਜਦੋਂ ਸਾਡੇ ਜਵਾਬ ਸਾਨੂੰ ਆ ਕੇ ਕਹਿੰਦੇ ਨੇ ਕਿ ਆਮ ਇ ਸਾਊਥ ਈਸ਼ੀਅਨ ਕੈਨੇਡੀਅਨ ਮੈਨੂੰ ਇਹ ਸ਼ਬਦ ਬਿਲਕੁਲ ਗਾਲਵਾਰ ਵਰਗਾ ਲੱਗਦਾ ਅੱਛਾ ਤੇ ਮੈਨੂੰ ਇਉਂ ਲੱਗਦਾ ਵੀ ਇਹ ਜਿਹੜਾ ਕੋਹਟ ਸਾਡੇ ਚਮੜਿਆ ਹੋਇਆ ਕੋਈ ਪਲੀਜ਼ ਆ ਕੇ ਚਾਹੇ ਉਹ ਸਰਕਾਰ ਤੋਂ ਹੋਵੇ ਚਾਹੇ ਕੋਈ ਅਕਾਡਮੀਆ ਚ ਹੋਵੇ ਉਹ ਘੱਟੋ ਘੱਟ ਸਾਨੂੰ ਇਹਦੀ ਡੈਫੀਨੇਸ਼ਨ ਦੱਸੇ ਵੇ ਵਾਟ ਇਜ਼ ਦ ਲੀਗਲ ਡੈਫੀਨੇਸ਼ਨ ਐਂਡ ਵਾਟ ਇਜ਼ ਦ ਆਪਰੇਸ਼ਨਲ ਡੈਫੀਨੇਸ਼ਨ ਇਹਦੀ ਕੀ ਆ ਸਾਊਥ ਏਸ਼ੀਅਨ ਹਾਂਜੀ ਔਰ ਮੇਰਾ ਖਿਆਲ ਨਹੀਂ ਕਿ ਕਿਸੇ ਕੋਲ ਹੈਗੀ ਆ ਉਹ ਨਹੀਂ ਪਰ ਤੁਹਾਨੂੰ ਇਤਰਾਜ਼ ਕਿਉਂ ਇਸ ਤੋਂ ਇਤਰਾਜ਼ ਇਹ ਹੈ ਕਿ ਜਿਹੜੀ ਸਾਡੀ ਅਗਲੀ ਨਸਲ ਆਏਗੀ ਉਹ ਜਦੋਂ ਆਪਣੇ ਆਪ ਨੂੰ ਐਜ਼ ਅ ਸਾਊਥ ਏਸ਼ੀਅਨ ਕੈਨੇਡੀਅਨ ਆਈਡੈਂਟੀਫਾਈ ਕਰੇਗੀ ਹਮ ਸੋ ਉਹਦਾ ਡੈਮੇਜ ਇਹ ਹੋਏਗਾ ਕਿ ਜਿਹੜਾ ਸਾਡਾ ਸਿੱਖ ਇਤਿਹਾਸ ਆ ਕੈਨੇਡਾ ਦੇ ਵਿੱਚ ਚਾਹੇ ਉਹ ਕਾਮਾਗਾਰਟਾ ਮਾਰੂਆ ਚਾਹੇ ਭਾਈ ਮੇਵਾ ਸਿੰਘ ਨੇ ਚਾਹੇ ਹੁਣ ਜਿਹੜਾ ਹੁਣੀ ਇੱਕ ਵਾਕਿਆਤ ਹੋਇਆ ਗੁਰੂ ਘਰ ਦੇ ਵਿੱਚ ਚਾਹੇ ਉਹ ਆ ਇਹ ਸਾਰੇ ਕੁਝ ਦੀ ਡਿਲੀਸ਼ਨ ਹੋਏਗੀ ਉਹਦੇ ਨਾਲ ਅੱਛਾ ਸੋ ਉਹ ਉਹਦੇ ਜਿਹੜੇ ਨਾ ਵੀ ਲੌਂਗ ਟਰਮ ਜਿਹੜੇ ਆ ਡੈਮੇजेस ਉਹ ਕਾਫੀ ਹੋ ਸਕਦੇ ਨੇ ਹਮ ਅ ਉਸ ਖਿੱਤੇ ਚੋਂ ਅਪ੍ਰੈਸਰ ਤੇ ਅਪ੍ਰੈ ਜਿਹੜਾ ਅਪ੍ਰੈਸਡ ਆ ਉਹ ਇੱਕ ਜਗ੍ਹਾ ਤੇ ਰਹਿ ਰਹੇ ਨੇ ਆਪਾਂ ਇਦਾਂ ਕਹਿ ਸਕਦੇ ਆਂ ਵੀ ਉਸ ਖਿੱਤੇ ਚ ਅਪ੍ਰੈਸਰ ਤੇ ਪ੍ਰੈਸਟ ਕਿਦਾਂ ਮਤਲਬ ਕਿ ਜਿੱਦਾਂ ਹੁਣ ਆਪਾਂ ਮਨੀਪੁਰ ਦਾ ਵਾਕਿਆ ਦੇਖਿਆ ਸੋ ਇੱਕ ਅਪਰੈਸਡ ਆ ਤੇ ਇੱਕ ਅਪ੍ਰੈਸ਼ਨ ਦੇ ਰਿਹਾ ਹੈ ਨਾ ਸੋ ਉਹਨਾਂ ਦੋਨਾਂ ਨੂੰ ਜਦੋਂ ਉਹ ਦੋਨੋਂ ਕੋਮਾ ਜਾਂ ਬਹੁ ਕੋਮਾ ਜਦੋਂ ਕੈਨੇਡਾ ਚ ਆਉਂਦੀਆਂ ਨੇ ਤੇ ਜਦੋਂ ਉਹਨਾਂ ਨੂੰ ਇਹ ਟਰਮ ਠੂਸੀ ਜਾਂਦੀ ਆ ਸਾਊਥੀਸ਼ੀਨ ਸਾਊਥੀਸ਼ੀਨ ਸੋ ਤੁਸੀਂ ਇਹ ਕਹਿ ਰਹੇ ਹੋ ਵੀ ਜਿਨੇ ਕੁੱਟਿਆ ਤੇ ਜਿਨੇ ਕੁੱਟ ਖਾਧੀ ਆ ਤੁਸੀਂ ਇਕੱਠੇ ਬਹਿ ਕੇ ਚਾਟ ਪਾਪੜੀ ਤੇ ਪਕੌੜੇ ਖਾਓ ਤੇ ਪੰਗੜੇ ਪਾਓ ਪਰ ਉਹ ਸਰਫੇਸ ਤੇ ਤੁਸੀਂ ਕਰ ਸਕਦੇ ਹੋ ਪਰ ਜਦੋਂ ਤੁਸੀਂ ਇਹਦੀ ਅੰਡਰ ਕਰੰਟ ਦੇਖਦੇ ਹੋ ਨਾ ਤੁਸੀਂ ਉਹਦਾ ਡੈਮੇਜ ਦੇਖੋ ਕੀ ਸਾਈਕੋਲੋਜੀਕਲ ਡੈਮੇਜ ਦੇਖੋ ਕੀ ਹੋ ਰਿਹਾ ਉਹਦਾ ਕਦਰਦਸਪ ਤੁਸੀਂ ਇਥੋਂ ਦੇ ਜੰਪਾ ਲੋ ਕੈਨੇਡੀਅਨ ਹੋ ਤੁਸੀਂ ਨਾਲ ਹਿਊਮਨ ਰੋਇਡਸ ਹਿਊਮਨ ਰਾਈਟ ਲਾਇਰ ਵੀਓ ਤੁਸੀਂ ਜਿਸ ਸਪੀਸ਼ੀਅ ਤੋਂ ਆਉਂਦੇ ਹੋ ਸਪੀਸ਼ੀਅ ਦੇ ਨਾਲ ਸੰਬੰਧਤ ਤੁਸੀਂ ਇਹਦੇ ਬਾਬਤ ਲੀਗਲੀ ਸਾਨੂੰ ਕਿੱਦਾਂ ਸਮਝਾ ਸਕਦੇ ਹੋ ਕਿ ਕੀ ਇਹਨੂੰ ਲੀਗਲੀ ਵੀ ਕਿਸੇ ਤਰੀਕੇ ਨਾਲ ਕੁਝ ਚੈਲੰਜ ਕੀਤਾ ਜਾ ਸਕਦਾ ਕੀ ਲੀਗਲੀ ਇਹ ਟਰਮ ਰਾਈਟ ਔਰਟ ਦੇ ਵਿੱਚ ਵੀ ਕਦੀ ਇਹ ਟਰਮਸ ਜਾਂ ਕਿਤੇ ਹੋਰ ਜਦੋਂ ਕੋਈ ਕੇਸ ਆਪਣਾ ਲਾਉਂਦਾ ਹੈ ਉਹਦੇ ਵੀ ਇਹ ਟਰਮਸ ਯੂਜ਼ ਹੁੰਦੀਆਂ ਨੇ ði thing with the term is the term's not right but until somebody challenges it that's the only time someone can say it's wrong So until then people are going to keep using it. Legally speaking, if this continues, we have to question the charter of rights and freedoms. Everybody in Canada comes under our charter. Mm -hmm. Section 15, mm. equality rights. We have to ask, it says everybody has the right to live without discrimination based mm -hmm. on caste and other factors. For us, as Rajbaji said, mm. the word South Asian, it's discriminatory. Sure. it's categorizing us into a group that we've never agreed to be in. We don't know where the term came from. Mm. We don't know who set the term. because you don't put it in there, because those who are South Asian get it, they don't put it in there. I mean, census data mm. that mm. South Asian for 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 ease or for convenience, convenience, control. Control. convenience huh. they use the term. So, hmm. But when you're using it to identify, when I am not a South Asian, mm. so how can you identify me as that? ਸੋ ਲੀਗਲੀ ਦਿ ਕੁਐਸਚਨ ਹਜ਼ਨ ਬੈਨ ਆਸਕ ਬਟ ਇ ਮੀਡੀਆ ਵੀ ਟਰਮ ਬਹੁਤ ਯੂਜ਼ ਕਰਦਾ ਨਾ ਸਾਊਥ ਏਸ਼ੀਅਨ ਪਾਈਚਾਰਾ ਹੁਣ ਅਸੀਂ ਦੇਖਦੇ ਆ ਲੀਗਲੀ ਕਿਤੇ ਵੀ ਇਲੀਗਲੀ ਸੌਰੀ ਕਹਿ ਰਹੇ ਆ ਕਿਤੇ ਵੀ ਕੋਈ ਸਰਕਾਰੀ ਜੇ ਪ੍ਰੈਸ ਕਾਨਫਰੈਂਸ ਹੁੰਦੀ ਆ ਕਿਸੇ ਵੀ ਕੋਈ ਗਵਰਨਮੈਂਟ ਦੀ ਸਾਊਥ ਏਸ਼ੀਅਨ ਮੀਡੀਆ ਲਿਖਿਆ ਹੁੰਦਾ ਉੱਥੇ ਸਾਰਾ ਵੀ ਅੱਜ ਸਾਊਥ ਏਸ਼ੀਅਨ ਐਥਨਿਕ ਮੀਡੀਆ ਜਾਂ ਬਹੁਤ ਸਾਰੇ ਚੈਨਲਸ ਵੀ ਆਪਣੇ ਆਪ ਨੂੰ ਬਹੁਤ ਸਾਰੇ ਰੇਡੀਓ ਦਾਰੇ ਵੀ ਆਪਣੇ ਪਿੱਛੇ ਸਾਊਥ ਏਸ਼ੀਅਨ ਟਰਮ ਜਿਹੜੀ ਯੂਜ਼ ਕਰਦੇ ਨੇ ਪਰ ਹੁੰਦੇ ਸਾਰੇ ਪੰਜਾਬੀ ਸਪੀਕਰਸ ਨੇ ਹੁੰਦੇ ਸਾਰਾ ਉਹ ਭਾਸ਼ਾ ਇੱਕ ਦੇ ਨਾਲ ਜੀ ਜੀ ਜ ਇਦੇ ਵਿੱਚ ਇਹਦਾ ਜਵਾਬ ਦੇਣ ਤੋਂ ਪਹਿਲਾਂ ਨਾ ਆਪਾਂ ਇੱਕ ਹੋਰ ਦੇਖੀਏ ਵੀ ਹੁਣ ਆਪਾਂ ਨਾਨ ਸਾਊਥ ਈਸ਼ੀਅਨ ਜਿਹੜੀ ਟਰਮ ਆਪਾਂ ਯੂਜ਼ ਜਿਹੜੀ ਤੁਸੀਂ ਕਿਹਾ ਕਰਦੇ ਨੇ ਉਹ ਤੋਂ ਥੋੜਾ ਬਾਹਰ ਜਲਦੀ ਹੈ ਜਿਹੜੇ ਇੱਥੇ ਯੂਰੋਪੀਅਨ ਬੈਠਿਆ ਹੋਇਆ মিডিਆ ਹਮ ਤਾਂ ਜਿਹੜਾ ਆਫਰੀਕਨ মিডিਆ ਬੈਠਾ ਹੋਇਆ ਜਿਹੜਾ ਸਾਊਥ ਅਮਰੀਕਨ ਬੈਠਾ ਹੋਇਆ ਉਹ ਆਪਣੇ ਆਪ ਨੂੰ ਇਦਾਂ ਆਈਡੈਂਟੀਫਾਈ ਕਰ ਰਿਹਾ ਵੀ ਦਾ ਈਸਟ ਯੂਰੋਪੀਅਨਸ ਦਾ ਵੈਸਟ ਯੂਰੋਪੀਅਨਸ ਜਾਂ ਸਾਊਥ ਆਫਰੀਕਨਸ ਉਹ ਨਹੀਂ ਕਰ ਰਿਹਾ ਉਹ ਸੋ ਇਹ ਆਪਣੀ ਕੀ ਮਜਬੂਰੀ ਆ ਵੀ ਆਪਾਂ ਨੂੰ ਕਰਨਾ ਪੈ ਰਿਹਾ ਉਹਦੀ ਇੱਕ ਮਜਬੂਰੀ ਜਿਹੜੀ ਮੈਂ ਸਮਝਦਾ ਕਿਉਂਕਿ ਸਪਲਾਈ ਐਂਡ ਡਿਮਾਂਡ ਰੱਖ ਲੋ ਜਾਂ ਗਿਣਤੀ ਥੋੜੀ ਹੋਣ ਕਰਕੇ ਆਪਾਂ ਚਾਹੁੰਦੇ ਆ ਵੀ ਜਿਹੜਾ ਜਦੋਂ ਆਪਾਂ ਆਪਣੀ ਪ੍ਰੋਡਕਟ ਵੇਚਣੀ ਆ ਨਾ ਉਹ ਜਾਦੇ ਥਾਵਾਂ ਤੇ ਜਾਵੇ ਸੋ ਕਨਵੀਨੀਅੰਸਲੀ ਆਪਾਂ ਕਹਿੰਨੇ ਚਲੋ ਸਾਡਾ ਜਿਹੜਾ ਪਾਕਿਸਤਾਨੀ ਭਾਈਚਾਰਾ ਜਿਹੜਾ ਸਾਡਾ ਪੰਜਾਬੀ ਭਾਈਚਾਰਾ ਜਿਹੜਾ ਸਾਡਾ ਹਿੰਦੁਸਤਾਨੀ ਭਾਈਚਾਰਾ ਆਪਾਂ ਸਾਰਿਆਂ ਨੂੰ ਇਦਾਂ ਕਰ ਲਈਏ ਕਿਉਂਕਿ ਜੇ ਸਮੋਸੇ ਵੇਚਣੇ ਆ ਤਾਂ ਸਾਊਥ ਏਸ਼ੀਆ ਕਹਿ ਕੇ ਜਾਦੇ ਵੇਚਣੇ ਆ ਤੇ ਜੇ ਕੋਈ ਇੱਕ ਨਾਮ ਲਵਾਂਗੇ ਕਿਸੇ ਧਰਮ ਜਾਂ ਫਿਰਕੇ ਦਾ ਫਿਰ ਇਦਾਂ ਹੀ ਜੇ ਫੈਡਰਲ ਗਵਰਨਮੈਂਟ ਤੋਂ ਫੰਡਿੰਗ ਲੈਣੀ ਆ ਮੈਨੂੰ ਲੱਗਦਾ ਹੈ ਮੇਰਾ ਗੈਸ ਹੈ ਇਹ ਨਾ ਸਪੈਕੂਲੇਸ਼ਨ ਆ ਵੀ ਜੇ ਫੈਡਰਲ ਫੰਡਿੰਗ ਨੂੰ ਜੇ ਆਪਾਂ ਸਰਲ ਪੰਜਾਬੀ ਸ਼ਬਦਾਂ ਚ ਕਹਿਣਾ ਹੋਵੇ ਜੇ ਫੈਡਰਲ ਗਵਰਨਮੈਂਟ ਨੂੰ ਕਿਸੇ ਨੇ ਚੋਣਾ ਆ ਫਿਰ ਸਾਊਥ ਏਸ਼ੀਆ ਦੇ ਨਾਮ ਥੱਲੇ ਜ਼ਿਆਦਾ ਚੋਹ ਹੋ ਜਾਣਾ ਤੇ ਜੇ ਮੈਂ ਜਾ ਕੇ ਕਹਾਂ ਵੀ ਜੀ ਸਿੱਖਾਂ ਦੀ ਗੱਲ ਹੋਵੇ ਮੁਸਲਮਾਨਾਂ ਦੀ ਜਾਂ ਹਿੰਦੂਆਂ ਦੀ ਹੋਵੇ ਜਾਂ ਇਵਨ ਜਿਹੜੇ ਧਰਮ ਨੂੰ ਨਹੀਂ ਵੀ ਮੰਨਦੇ ਉਹਨਾਂ ਦੀ ਵੀ ਹੋਵੇ ਫਿਰ ਉਹ ਚੋ ਨਹੀਂ ਹੋਣਾ ਚੰਗੀ ਤਰ੍ਹਾਂ ਤੋ ਇਹ ਮਜਬੂਰੀ ਹੋ ਸਕਦੀ ਹੈ ਸ਼ਾਇਦ ਜਿਹੜਾ ਮਿਊਜ਼ੀਅਮ ਬਣ ਰਿਹਾ ਜਿਹਦਾ ਹੁਣ ਤੁਸੀਂ ਝੰਡਾ ਚੁੱਕਿਆ ਜੀ ਜੀ ਇਹ ਮਿਊਜ਼ੀਅਮ ਦਾ ਅਜੇ ਕੋਈ ਪਤਾ ਨਹੀਂ ਕਿੱਥੇ ਬਣਨਾ ਜੀ ਜੀ ਕਿ ਉਹਦੀ ਅਜੇ ਪ੍ਰੋਪਰ ਕਿਸੇ ਕੋ ਮੈਪ ਨਹੀਂ ਹੈਗਾ ਉਹ ਮੈਪ ਉਹਦਾ ਵਿੱਕੇ ਮੇ ਕਿੱਥੇ ਰੈਡੀ ਹੋਣਾ ਹੈ ਪਰ ਜਿੱਥੋਂ ਤੁਸੀਂ ਦੁਬਾਰਾ ਤੋਂ ਝੰਡਾ ਚੁੱਕਿਆ ਹੈ ਇਹ ਉਹਦੇ ਪਿੱਛੇ ਵੀ ਕਿਤੇ ਹੀ ਕਿਸੇ ਕਾਰਨ ਤਾਂ ਨਹੀਂ ਹੈਗਾ ਉਹਦਾ ਨਾਮ ਸਾਊਥ ਏਸ਼ੀਅਨ ਦੇ ਨਾਮ ਦੇ ਨਾਲ ਮਿਊਜ਼ੀਅਮ ਨਾ ਅਪਚਲਤ ਹੋਣਾ ਉਸ ਮਿਊਜ਼ੀਅਮ ਬਾਰੇ ਸਾਨੂੰ ਥੋੜਾ ਦੱਸੋ ਕੌਣ ਬਣਾ ਰਿਹਾ ਕਿੱਥੇ ਬਣਾ ਰਿਹਾ ਤੇ ਉਹਦਾ ਨਾਮ ਕੀ ਸਾਊਥ ਏਸ਼ੀਅਨ ਮਿਊਜ਼ੀਅਮ ਰੱਖ SFU ਜਿਹੜਾ ਉਹਦਾ ਕੈਂਪਸ ਹੈ ਜਾਂ ਡਾਊਨਟਾਊਨ ਉੱਥੇ ਮੀਟਿੰਗ ਹੋਈ ਸੀ ਉੱਥੇ ਇੱਕ ਤੋਂ 130 ਬੰਦਿਆਂ ਦੀ ਸ਼ਿਰਕਤ ਹੋਈ ਉੱਥੇ ਸਾਨੂੰ ਇਹ ਹੀ ਮਹਿਸੂਸ ਹੋਇਆ ਵੀ ਪਹਿਲੇ ਨਾਮ ਹੀ ਪਿਕ ਕਰ ਲਿਆ ਸੀਗਾ ਔਰ ਜਿਹੜੇ ਸਰਕਾਰ ਨੂੰ ਸਲਾਹਕਾਰ ਨੇ ਉਹ ਇਦਾਂ ਦੀ ਸਲਾਹ ਕਰਨੇ ਜਿੱਦਾਂ ਆਪਣੇ ਪੁਰਾਣੇ ਟਾਈਮਾਂ 'ਚ ਨਾ ਸਰਦੀ ਜਿਹਨਾਂ ਨੂੰ ਪੱਧ ਦੀ ਮਿਲਦੀ ਹੁੰਦੀ ਸੀ ਉਹ ਉਸ ਕੈਟਾਗਰੀ ਦੇ ਲੋਕ ਨੇ ਅੱਛਾ ਤੇ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਇਹ ਟਰਮ ਹੋ ਜਾਣੀ ਹੈ ਠੀਕ ਉਹਨਾਂ ਨੂੰ ਲੱਗਦਾ ਨਹੀਂ ਸੀ ਵੀ ਆਪੋਜੀਸ਼ਨ ਹੋਊਗੀ ਤੋ ਜਦੂਏ ਸੀ ਉਹਨੂੰ ਆਪੋਜ਼ ਕੀਤਾ ਵੀ ਤੁਸੀਂ ਹੁਣੀ ਚਾਈਨੀਜ਼ ਮਿਊਜ਼ੀਅਮ ਬਣਾਇਆ ਤੇ ਉਹਦਾ ਨਾਮ ਤੁਸੀਂ ਈਸਟ ਏਸ਼ੀਆ ਨਹੀਂ ਰੱਖਿਆ ਹੂੰ ਤੇ ਫਿਰ ਤੁਸੀਂ ਇਸ ਖਿੱਤੇ ਦਾ ਕਾਤੇ ਰੱਖਦੇ ਪਏ ਹੋ ਜਿਹੜਾ ਤੁਸੀਂ ਇਹ ਸਾਂਝਾ ਕਾਤੇ ਬਣਾ ਰਹੇ ਹੋ ਫਿਰ ਨਹੀਂ ਕੀ ਉਹਦੇ ਵਿੱਚ ਉਹਦੇ ਵਿੱਚ ਜਿਹੜਾ ਸਮਾਨ ਰੱਖਿਆ ਜਾਣਾ ਉਹ ਸਾਰੇ ਸਾਊਥ ਏਸ਼ੀਆ ਦਾ ਰੱਖਿਆ ਜਾਣਾ ਕਿ ਜਾਂ ਕਿੱਥੋਂ-ਕਿੱਥੋਂ ਦਾ ਰੱਖਿਆ ਜਾਣਾ ਦੇਖੋ ਜੀ ਸਮਾਨ ਆਪਾਂ ਨੂੰ ਦੇਖਣਾ ਪੈਣਾ ਹਿਸਟਰੀ ਦੇ ਹਿਸਾਬ ਨਾਲ ਵੀ ਕਿਹੜੇ ਲੋਕ ਆਏ ਕਿ ਇਹਨਾਂ ਦਾ ਸਮਾਨ ਹੈ ਤੇ ਕਿਹਨਾਂ ਦਾ ਰੱਖ ਹੋਣਾ ਹੈ ਉਹ ਤਾਂ ਜਦੋਂ ਸਮਾਨ ਰੱਖ ਹੋਏਗਾ ਆਪਾਂ ਨੂੰ ਪਤਾ ਲੱਗ ਜਾਣਾ ਕਿ ਇਹਨਾਂ ਦਾ ਰੱਖ ਹੋਣਾ ਹੈ ਨਾ ਪਰ ਦਾ ਇਸ਼ੂ ਇਜ਼ ਵੀ ਜਿਸ ਸਰਕਾਰ ਨੇ ਤੱਕਿਆ ਹੋਇਆ ਇਹਨੂੰ ਮੈਂ ਨਾ ਜਦੋਂ ਪ੍ਰੈਸਾਈਸਲੀ ਮੈਨੂੰ ਇਦਾਂ ਫਰੇਜ਼ ਕਰਦਾ ਹੁੰਦਾ ਹੁੰਦਾ ਕਿ ਜੇ ਸਰਕਾਰ ਨੇ ਤੱਕਿਆ ਹੋਇਆ ਵੀ ਜਿਹੜੇ ਥਰਡ ਵਰਲਡ ਕੰਟਰੀ ਚੋਂ ਭੂਰੇ ਰੰਗ ਦੇ ਲੋਕ ਆਏ ਹੋਏ ਆ ਉਹਨਾਂ ਨੂੰ ਅਸੀਂ ਇਹ ਅਹਿਸਾਸ ਕਰਾਉਣਾ ਨਾਟ ਗੁਲਾਮੀ ਦਾ ਸੋਰਟ ਆਫ ਹੈਗੀ ਤਾਂ ਗੁਲਾਮੀ ਆ ਇਹ ਪਰ ਅਸੀਂ ਤੁਹਾਨੂੰ ਨੂਡ ਕੇ ਰੱਖਣਾ ਸਾਰਿਆਂ ਨੂੰ ਸੋ ਜੇ ਉਹਨਾਂ ਨੇ ਤੱਕਿਆ ਹੀ ਹੋਇਆ ਵੀ ਇਦਾਂ ਹੀ ਕਰਨਾ ਹੈ ਅਸੀਂ ਸੋ ਘੱਟੋ ਘੱਟ ਜਿਹੜਾ ਨਾਮ ਜਦੋਂ ਤੁਸੀਂ ਰੱਖਣਾ ਆ ਉਹ ਘਟੋਕਟ ਜਿਹੜੀ ਉਸ ਖਿੱਤੇ 'ਚ ਸਾਰੇ ਲੋਕ ਆਏ ਹੋਏ ਆ ਉਹਦੇ ਸਾਡੇ ਮੁਸਲਮਾਨ ਭਰਾ, ਹਿੰਦੂ ਭਰਾ, ਈਥੀਇਸਟ ਜਿਹੜੇ ਰੱਬ ਨੂੰ ਮੰਨਦੇ ਆ, ਜਿਹੜੇ ਨਹੀਂ ਵੀ ਮੰਨਦੇ ਉਹ ਸਾਰਿਆਂ ਦੀ ਸਲਾਹ ਲਵੋ ਤੁਸੀਂ ਕਿ ਨਾਮ ਕੀ ਹੋਣਾ ਚਾਹੀਦਾ। ਏਦਾਂ ਨਹੀਂ ਉੱਥੇ ਹੋਣਾ ਚਾਹੀਦਾ ਵੀ ਮੈਂ ਆਮ ਐਸਿਕ ਕੈਨੇਡੀਅਨ ਮੈਂ ਕਹਾਂ ਜੀ ਮੇਰਾ ਨਾਮ ਰੱਖੋ ਤੁਸੀਂ। ਸਾਡੀ ਥੌਟ 'ਚੋਂ। ਜਾਂ ਮੈਂ ਕਹਾਂ ਆ ਮੈਂ ਪੰਜਾਬੀ ਕੈਨੇਡੀਅਨ। ਏਦਾਂ ਹੋਵੇ ਨਾਮ ਜਿੱਦਾਂ ਹੁਣੇ ਜਿਹੜੇ ਅਸੀਂ ਪ੍ਰਪੋਜ਼ ਕੀਤੇ ਨਾ ਉਹ ਸੀਗੇ ਸਾਂਝਾ ਮਿਊਜ਼ੀਅਮ, ਆਪਣਾ ਮਿਊਜ਼ੀਅਮ, ਇੱਕ ਮਿਊਜ਼ੀਅਮ, ਵਿਰਸਾ ਮਿਊਜ਼ੀਅਮ, ਵਿਰਾਸਤ ਮਿਊਜ਼ ਤਾਰੀਖ ਮਿਊਜ਼ੀਅਮ ਸੋ ਨਾਮ ਜਦੋਂ ਆਪਾਂ ਇਹ ਜਿਹੜਾ ਐਂਗਲਿਕਨ ਨੇਮ ਆ ਨਾ ਸਾਊਥ ਈਸ਼ੀਅਨ ਇਹ ਸਾਨੂੰ ਇਹਦਾ ਮਤਲਬ ਇਹ ਸੀ ਇਹ ਕਹਿ ਰਹੇ ਆ ਵੀ ਜਿਹੜੇ ਇਹ ਸਾਰੀਆਂ ਕੌਮਾਂ ਉਸ ਖਿੱਤੇ ਚੋਂ ਤੁਸੀਂ ਇਕੱਠੀਆਂ ਕੀਤੀਆਂ ਹੋਈਆਂ ਨੇ ਉਹ ਉਹਨਾਂ ਦੀ ਭਾਸ਼ਾ ਇੰਨੀ ਗਰੀਬ ਆ ਕਿ ਉਹਨਾਂ ਕੋਲ ਇੱਕ ਸ਼ਬਦ ਨਹੀਂ ਹੈਗਾ ਆਪਣੀ ਭਾਸ਼ਾ ਦਾ ਜਿੱਥੇ ਉਹ ਮਾਣਨਾ ਕਹਿ ਸਕਣ ਵੀ ਆ ਸਾਡਾ ਆ ਇਹ ਆਪਣਾ ਆ ਇਹ ਸਾਂਝਾ ਆ ਉਹਦੇ ਚ ਕੋਈ ਕਿਸੇ ਕੋਈ ਰਿਲੀਜੀਅਨ ਦੀ ਗੱਲ ਨਹੀਂ ਹੋ ਰਹੀ ਉਹ ਤਾਂ ਇੱਕ ਇੱਕ ਉਸ ਖਿੱਤੇ ਦੀ ਰੂਹ ਦੀ ਗੱਲ ਹੋ ਰਹੀ ਆ ਅੱਛਾ ਕੀ ਨਾਮ ਸਰਕਾਰ ਵੱਲੋਂ ਫਾਈਨਲ ਕਰ ਲਿਆ ਗਿਆ ਮੈਨੂੰ ਲੱਗਦਾ ਵੀ ਜਿਹੜੀ ਉਹਨਾਂ ਦੀ ਡਿਬੇਟ ਇਹ ਚੱਲਦੀ ਪਈ ਸੀਗੀ ਕਿ ਜਿਹੜੇ ਅਕਾਡਮੀਆ ਸੀਗਾ ਉਹ ਕਹਿੰਦਾ ਸੀ ਵੀ ਇਹਦਾ ਨਾਮ ਰੱਖੋ ਸਾਊਥ ਏਸ਼ੀਅਨ ਕੈਨੇਡੀਅਨ ਮਿਊਜ਼ੀਅਮ ਤੇ ਸਰਕਾਰ ਕਹਿ ਰਹੀ ਸੀ ਸਾਊਥ ਏਸ਼ੀਅਨ ਮਿਊਜ਼ੀਅਮ ਰੱਖਣਾ ਸੀ ਕੈਨੇਡੀਅਨ ਨਹੀਂ ਪਾਉਣਾ ਵਿੱਚ ਅੱਛਾ ਸੋ ਇਹ ਕਾਫੀ ਡਿਬੇਟ ਚੱਲੀ ਇਹ ਇਹ ਮੈਨੂੰ ਇੱਕ ਰਿਲਾਇਬਲ ਸੋਰਸ ਨੇ ਦੱਸਿਆ ਸੀਗਾ। ਓਕੇ। ਸੋ ਮੈਂ ਇਹ ਸਮਝਦਾ ਵੀ ਸ਼ਾਇਦ ਸਰਕਾਰ ਤਾਂ ਕਹਿੰਦੀ ਸੀਗੀ ਕਿ ਸਾਊਥ ਏਸ਼ੀਅਨ ਕਿ ਅਸੀਂ ਖਿੱਤੇ ਦੀ ਗੱਲ ਕਰ ਰਹੇ ਹਾਂ। ਜਿਹੜਾ ਸਾਊਥ ਏਸ਼ੀਅਨ ਕੈਨੇਡੀਅਨ ਆ ਉਹ ਤਾਂ ਫੇਰ ਆਈਡੈਂਟੀਟੀ ਦੀ ਗੱਲ ਹੋ ਗਈ। ਸੋ ਸਰਕਾਰ ਨੂੰ ਮੇਰੇ ਖਿਆਲੇ ਕਲੈਰਿਟੀ ਹੈਗੀ ਆ ਵੀ ਉਹ ਖਿੱਤੇ ਦਾ ਮਿਊਜ਼ੀਅਮ ਬਣਾਉਣਾ ਚਾਹੁੰਦੇ ਸੀਗੇ। ਤੇ ਜਿਹੜੇ ਬੰਦੇ ਮੰਗ ਰਹੇ ਆ ਉਹ ਕਹਿੰਦੇ ਨਹੀਂ ਅਸੀਂ ਆਪਣੀ ਆਈਡੈਂਟੀਟੀ ਤੇ ਮੰਗਣਾ ਚਾਹੁੰਦੇ ਆ। ਸੋ ਪਹਿਲਾਂ ਤਾਂ ਇਹ ਮੰਗ ਕੌਣ ਰਿਹਾ? ਅਕੈਡਮੀਆ। ਜਿਹੜੀ ਪਹਿਲਾਂ ਮੰਗ ਰਹੀ ਸੀ ਨਾ ਹਾਂਜੀ। ਪਰ ਇੱਕ ਸਾਡੇ ਜਿਹੜੇ ਦੋ ਟਾਕ ਸ਼ੋ ਹੋਏ ਨੇ ਨਾ ਉਹ ਤੋਂ ਬਾਅਦ ਤਿੰਨ ਚਾਰ ਦਿਨ ਲਾਈਨਾਂ ਖੁੱਲੀਆਂ ਗਈਆਂ ਇੱਕ ਰੇਡੀਓ ਕਨੈਕਟ ਤੋਂ ਹੋਈ ਸੀਗੀ ਤੇ ਇੱਕ ਰੈਡ ਐਫ ਐਮ ਤੋਂ ਹੋਈ ਸੀਗੀ ਉੱਥੋਂ ਵਿਜੇ ਨੇ ਤੇ ਉੱਥੇ ਆਪਣੇ ਹਰਜਿੰਦਰ ਵੀਰ ਜੀ ਨੇ ਕੀਤੀ ਸੀ ਉਹਦੇ ਚ ਜਿੰਨੇ ਕਾਲਰਸ ਆਏ ਉਹਨਾਂ ਚ ਪਾਕਿਸਤਾਨੀ ਵੀ ਸੀਗੇ ਉਹਦੇ ਚ ਹਿੰਦੂ ਭਰਾ ਵੀ ਸੀਗੇ ਉਹਨਾਂ ਚ ਸਿੱਖ ਵੀ ਸੀਗੇ ਕਿਸੇ ਇੱਕ ਬੰਦੇ ਨੇ ਨਹੀਂ ਕਿਹਾ ਵੀ ਸਾਊਥ ਈਸ਼ੀਨ ਰੱਖ ਦਿਓ ਹਰੇਕ ਨੇ ਆਪਣੀ ਕਪੈਸਿਟੀ ਤੇ ਕੈਪੇਬਿਲਿਟੀ ਦੇ ਹਿਸਾਬ ਨਾਲ ਨਾਮ ਦੱਸੇ ਚਾਹ ਉਹ ਕਿਸੇ ਨੇ ਕਿਹਾ ਸਾਂਝਾ ਰੱਖ ਦਿਓ ਕਿਸੇ ਨੇ ਕਿਹਾ ਮਹਾਰਾਜਾ ਰਣਜੀਤ ਸਿੰਘ ਵਾਹਿਗੁਰੂ ਮਹਾਰਾਜਾ ਰਣਜੀਤ ਸਿੰਘ ਰੱਖ ਦਿਓ ਕਿਸੇ ਨੇ ਕਿਹਾ ਵਿਰਾਸਤ ਦੇ ਪੰਜਾਬ ਰੱਖ ਦਿਓ ਕਿਸੇ ਨੇ ਕਿਹਾ ਇੰਡੀਆ ਰੱਖ ਦਿਓ ਰਾਇਲ ਰੱਖ ਦਿਓ ਪਰ ਇਹ ਜਿਹੜੀ ਜਿਹੜੀ ਉਹ ਉਹਨੂੰ ਮੈਂ ਕਹੂੰਗਾ ਵੀ ਅਨਫੀਸ਼ੀਅਲ ਜਿਹੜਾ ਰੈਫਰੈਂਡਮ ਹੋਇਆ ਨਾ ਉਹ ਉਹਦੇ ਵਿੱਚ ਕਿਸੇ ਨੇ ਵੀ ਟਰਮ ਸਾਉਥ ਇਸ਼ੀਅਨ ਨਹੀਂ ਯੂਜ਼ ਕੀਤੀ ਸੋ ਜਿਹੜਾ ਸਰਕਾਰ ਨੂੰ ਜਿਹੜਾ ਸਾਡੀ ਜਿਹੜੀ ਹੰਬਲ ਬੇਨਤੀ ਆ ਉਹ ਇਹ ਆ ਵੀ ਜਿਹੜੀ ਸਿਟੀਜ਼ਨ ਆ ਉਹਨਾਂ ਦੀ ਆਵਾਜ਼ ਸੁਣੋ ਕਿਉਂਕਿ ਜਿਹੜਾ ਅਕਾਡਮੀਆ ਆ ਨਾ ਉਹ ਸਿਟੀਜ਼ਨ ਨੂੰ ਰਿਪਰੈਜ਼ੈਂਟ ਨਹੀਂ ਕਰਦਾ ਉਹ ਉਥੋਂ ਲੋਕਾਂ ਨੂੰ ਉਹ ਇਹ ਸਿਖਾਉਂਦਾ ਕਿ ਜਦੋਂ ਤੁਸੀਂ ਸਾਡੇ ਕੋ ਆਉਂਗੇ ਅਸੀਂ ਤੁਹਾਨੂੰ ਟੂਲ ਦੇਣਿਆ ਕਿ ਦੇ ਆਰ ਮੇਕਿੰਗ ਅਸ ਏਬਲ ਟੂ ਥਿੰਕ ਇਦਾਂ ਨਹੀਂ ਹੈਗਾ ਵੀ ਗ੍ਰੇਡ ਪਾਸ ਕਰੋ ਬਾਹਰ ਆਜੋ ਜੌਬ ਲੈ ਲਓ ਉਹਨਾਂ ਦਾ ਤਾਂ ਕੰਮ ਇਹ ਹੈ ਵੀ ਉਹ ਸਿਟੀਜ਼ਨ ਨੂੰ ਸ਼ਾਰਪ ਕਰਦੇ ਨੇ ਵੀ ਦੇ ਆਰ ਮੇਕਿੰਗ ਅਸ ਏਬਲ ਟੂ ਥਿੰਕ ਸੋ ਥਿੰਕ ਤਾਂ ਆਪਾਂ ਕੱਲੇ-ਕੱਲੇ ਸਿਟੀਜ਼ਨ ਨੇ ਕਰਨਾ ਆਇਆ ਤੋ ਜਿਹੜੀ ਆਪਣੀ ਇਹ ਤੁਸੀਂ ਦੇਖੋ ਨਾ ਸਾਊਥ ਏਸ਼ੀਆ ਇੰਟਰਮੀਡੀਟ ਪ੍ਰੋਜੈਕਟਰੀ ਦੇਖੋਗੀ ਆ ਫਿਰ ਇੱਕ ਦਿਨ ਇਦਾਂ ਹੋਊਗਾ ਵੀ ਯੂਨਾਈਟਿਡ ਸਟੇਟ ਆਫ ਸਾਊਥ ਏਸ਼ੀਆ ਤੇ ਕਿਉਂਕਿ ਉਸ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਉਸ ਖੇਤੇ ਚੋਂ ਇੱਕ ਆਵਾਜ਼ ਉੱਠ ਰਹੀ ਆ ਅਖੰਡ ਭਾਰਤ ਦੀ ਉਹਨਾਂ ਨੇ ਪਾਰਲੀਮੈਂਟ ਚ ਨਕਸ਼ਾ ਲਾਇਆ ਹੋਇਆ ਇੱਕ ਦੋ ਉਹਨਾਂ ਦੇ ਐਮ ਐਲ ਐ MP ਯਾਂ ਨੇ ਜਿਹੜੀ ਮੌਜੂਦਾ ਸਰਕਾਰ ਹੈ ਉਹਨੇ ਕਿਹਾ ਆ ਕਿ ਅਸੀਂ 2035 ਚ ਆਹਾ ਹਾ ਸ਼ਾਇਦ ਆਪਣੇ ਕਲਾਵੇ ਚ ਲੈ ਲਈਏ ਮੁਲਕ ਸੋ ਮੈਨੂੰ ਲੱਗਦਾ ਹੁੰਦਾ ਵੀ ਜਿਹੜਾ ਇਹ ਇਹ ਵੈਸਟਰਨ ਜਿਹੜਾ ਵਰਲਡ ਹੈ ਆ ਅਰਧੇ ਅਵੇਅਰ ਵੀ ਜਿਹੜਾ ਅਖੰਡ ਭਾਰਤ ਆ ਤੇ ਜਿਹੜਾ ਸਾਊਥ ਏਸ਼ੀਆ ਹੈ ਸਿਨੋਨਿਮ ਲੱਗ ਰਿਹਾ ਮੈਨੂੰ ਇਹ ਸੋ ਲੈਟਸ ਸੇ ਉੱਥੇ ਉਹ ਹੋ ਜਾਂਦਾ ਫਿਰ ਆਪਾਂ ਇਹ ਟਰਮ ਚੇਂਜ ਕਰਕੇ ਇਹਦਾ ਨਾਮ ਅਖੰਡ ਭਾਰਤ ਰੱਖਾਂਗੇ ਸੋ ਇਹ ਇਹਦੀ ਨਾਲ ਆਪਾਂ ਨੂੰ ਥੋੜਾ ਇਦਾਂ ਖੜ ਕੇ ਅੱਗੇ ਨੂੰ ਦੇਖਣਾ ਪੈਣਾ ਇਹ ਤਾਂ ਜਿਹੜੇ ਇੱਥੋਂ ਦੇ ਬੱਚੇ ਜੰਪਲ ਨੇ ਤਾਂ ਜੁਸਾਬ ਵੀ ਉਹਨਾਂ 'ਚ ਹੁੰਦੇ ਨੇ ਉਹਨਾਂ ਤੇ ਉੱਤੇ ਕਿਦਾਂ ਇੰਪੈਕਟ ਕਰਦਾ ਹੈ ਸਾਊਥ ਏਸ਼ੀਅਨ ਟਰਮ ਕੀ ਤੁਹਾਨੂੰ ਵੀ ਇਹ ਚੀਜ਼ ਮਹਿਸੂਸ ਹੁੰਦੀ ਆ ਜਾਂ ਤੁਸੀਂ ਇੱਥੋਂ ਦੇ ਜੰਪਲ ਹੋਰ ਤੁਹਾਡੇ ਫਰੈਂਡਸ ਜਾਂ ਅੱਗੇ ਪਰਿਵਾਰ ਦੇ ਵਿੱਚ ਬੱਚੇ ਹੋਣਗੇ ਉਹ ਕਿਦਾਂ ਰਿਲੇਟ ਕਰਦੇ ਆ ਸਾਊਥ ਏਸ਼ੀਅਨਸ ਨੂੰ ਆਪਣੇ ਨਾਲ ਪਹਿਲਾਂ ਤਾਂ ਇਫੈਕਟ ਕੋਈ ਨਹੀਂ ਹੋਇਆ ਸੀ ਮੈਨੂੰ ਬਿਫੋਰ ਜਸਟ ਲਾਈਕ ਐਵਰੀਬਾਡੀ else the paintbrush was on me too when you start unpacking it when you start looking at my parents Grandparents. Mm. I stopped using the word sick and I started using the word South Asian, Indo Canadian, all the other terms. Oh, sure. Is my daughter going to identify herself as a South Asian? No. The dilution is happening. What that means is that if this continues down the generations, there's going to be a day that comes where sick Canadian is not a term. Mm -hmm. South Asian Canadian will be used. It impacts our history, and our history is our day to day. ਮਮ ਤੁੰਡੂ ਸਾਹਿਬ ਦਾ ਕਹਿਣਾ ਵੀ ਇਹ ਦਿਨ ਦੂਰ ਨਹੀਂ ਜਦੋਂ ਸਾਡੇ ਬੱਚੇ ਜਿਹੜੇ ਨੇ ਅੱਗੇ ਜਿਹੜੇ ਇਥੋਂ ਦੇ ਜੰਪ ਪਾਦੇ ਉਹਨਾਂ ਨੂੰ ਸਕੂਲਾਂ ਦੇ ਵਿੱਚ ਜਦੋਂ ਸਾਊਥ ਏਸ਼ੀਅਨ ਕਿਹਾ ਜਾਂਦਾ ਕਾਲਜਿਸ ਯੂਨੀਵਰਸਿਟੀ ਸੇ ਟਰਮ ਆਮ ਹੁੰਦੀਆਂ ਨੇ ਉਹ ਆਪਣੇ ਆਪ ਨੂੰ ਸਿੱਖ ਕੈਨੇਡੀਅਨ ਜਾਂ ਪੰਜਾਬੀ ਕੈਨੇਡੀਅਨ ਜਾਂ ਫਿਰ Hindu ਕੈਨੇਡੀਅਨ ਕਹਿਣ ਦੀ ਬਜਾਏ ਜਾਂ ਮੁਸਲਮ ਕੈਨੇਡੀਅਨ ਵੀ ਕਹਿ ਲੋ ਕਹਿਣ ਦੀ ਬਜਾਏ ਆਪਣੇ ਆਪ ਨੂੰ ਸਾਊਥ ਏਸ਼ੀਅਨ ਕੈਨੇਡੀਅਨ ਬਣਾਉਣਗੇ ਸੋਇਰਿਟੀ ਡਿਲੀਜਨ ਹੋ ਰਹੀ ਆ ਉਸ ਚੀਜ਼ ਨੂੰ ਲੈ ਕੇ ਇਹ ਜਿਹੜੀ ਟੀਮ ਆ ਉਹਦੇ ਵਾਸਤੇ ਕੰਮ ਕਰ ਰਹੀ ਆ ਵੀ ਉਹਦੇ ਬਾਬਤ ਰੋਕਿਆ ਜਾ ਸਕੇ ਅਸੀਂ ਆਪਣੇ ਆਪ ਨੂੰ ਵੱਖਰੇ ਆ ਤੇ ਅਸੀਂ ਉਹ ਦੱਸ ਚ ਕੀ ਵੀ ਅਸੀਂ ਕੌਣ ਆ ਤੇ ਸਾਡੀ ਹੋਂਦ ਕੀ ਐ ਸਾਡਾ ਕੋ ਆਪਣੀ ਭਾਸ਼ਾ ਐ ਸਾਡਾ ਕੋ ਆਪਣਾ ਸੱਭਿਆਚਾਰ ਆ ਆਪਣਾ ਬਹੁਤ ਵੱਡਾ ਵਿਰਸਾ ਐ ਆਪਣਾ ਸਾਡਾ ਕੋ ਇਤਿਹਾਸ ਆ ਜਿਹੜਾ ਅਸੀਂ ਬੱਚਿਆਂ ਨੂੰ ਦਿਖਾ ਸਕਦੇ ਹਾਂ ਸਾਨੂੰ ਕਿਸੇ ਦੇ ਨਾਲ ਰਲਣ ਦੀ ਲੋੜ ਨਹੀਂ ਅਸੀਂ ਵੱਖਰੇ ਸਟੈਂਡ ਆਊਟ ਕਰੇ ਕਰ ਸਕਦੇ ਆ ਹਾਂਜੀ ਅਸੀਂ ਕਰ ਸਕਦੇ ਆ ਪਰ ਉਹਦੇ ਚ ਇੱਕ ਜਿਹੜੀ ਇਨਪੁਟ ਇਹ ਐ ਕਿ ਅਸੀਂ ਚਾਹੁੰਦੇ ਆ ਵੀ ਜਿਹੜੇ ਸਾਡੇ ਵੱਖਰੇ ਵੱਖਰੇ ਭਾਈ ਜਾ ਰਹੇ ਆ ਉਹ ਇੱਕ ਸੁਰਚ ਗੱਲ ਕਰਨ ਓਕੇ ਪਰ ਇੱਕਸਾਰ ਨਾ ਹੋਣ ਕਿਉਂਕਿ ਹਰੇਕ ਦੀ ਆਪਣੀ ਆਪਣੀ ਆਇਡੈਂਟੀਟੀ ਆ ਸੋ ਜਿਹੜਾ ਮੁਸਲਮ ਕੈਨੇਡੀਅਨ ਆ ਅਸੀਂ ਜਦੋਂ ਮੈਂ ਗੱਲ ਕਰਦਾ ਨਾ ਕਿਉਂਕਿ ਐਜ਼ ਐ ਮੈਂ ਸਿੱਖ ਕੈਨੇਡੀਅਨ ਕਰ ਰਿਹਾ ਔਰ ਸਾਡਾ ਇਹ ਪੂਰਾ ਯਕੀਨ ਆ ਕਿ ਅਸੀਂ ਜਿਹੜਾ ਸਰਬਤ ਦਾ ਭਲਾ ਉਹਦੇ ਪਹਿਰੇਦਾਰ ਆ ਅਸੀਂ ਸੋ ਜਦੋਂ ਮੈਂ ਗੱਲ ਕਰਾਂਗਾ ਮੈਂ ਇਹੀ ਕਰਾਂਗਾ ਕਿ ਜਿਹੜਾ ਮੁਸਲਮਾਨ ਭਾਰੀਚਾਰਾ ਉਹ ਵੀ ਆਪਣੀ ਆਇਡੈਂਟੀਟੀ ਬਰਕਰਾਰ ਰੱਖੇ ਜਿਹੜਾ ਹਿੰਦੂ ਭਾਈ ਯਾਰਾ ਉਹ ਵੀ ਰੱਖੇ ਪਰ ਜਦੋਂ ਅਸੀਂ ਇਕੱਠੇ ਹੋਣਾ ਆ ਫਿਰ ਅਸੀਂ ਕੈਨੇਡੀਅਨ ਆ ਇੱਕ ਦਿਨ ਜਿਹੜੀ ਸਾਡੀ ਨਾ ਜਿਹੜੀ ਸਾਡੀ ਫਲਾਈਟ ਆ ਉਹ ਇਹ ਹੈ ਵੀ ਕੱਲੋਂ ਜਿਹੜੇ ਸਾਡੇ ਬੱਚੇ ਜਾਂ ਉਹਨਾਂ ਦੇ ਬੱਚੇ ਹੋਣ ਉਹ ਆਪਣੇ ਆਪ ਨੂੰ ਐਸੇ ਕੈਨੇਡੀਅਨ ਆਇਡੈਂਟੀਫਾਈ ਕਰਨ इवन ਹਾਈਫਨੇਟਡ ਵੀ ਨਾ ਹੋਵੇ ਦੇਖਣ ਵਾਲੇ ਨੂੰ ਪਤਾ ਲੱਗ ਜਾਵੇ ਵੀ ਇਹ ਕਿਹੜੇ ਕੈਨੇਡੀਅਨ ਆ ਇੱਕ ਯੂਰੋਪੀਅਨ ਕੈਨੇਡੀਅਨ ਨੂੰ ਦੱਸਣਾ ਨਹੀਂ ਪੈਂਦਾ ਵੀ ਮੈਂ ਜਰਮਨ ਆ ਮੈਂ ਟਾਲੀਅਨ ਆ ਉਹ ਜਦੋਂ ਗੱਲ ਕਰਦਾ ਨਾ ਉਹ ਉਹ ਉਹਦੀ ਜੋ ਵੀ ਉਹਦੇ ਵਿੱਚ ਹੈਗੀ ਉਹਦੀ ਖੂਬਸੂਰਤੀ ਆ ਜਾਂ ਖੂਬੀ ਆ ਉਹ ਤੋਂ ਪਤਾ ਲੱਗ ਜਾਂਦਾ ਸੋ ਇਦਾਂ ਮੈਂ ਚਾਹੁੰਦਾ ਵੀ ਇਹ ਜਦੋਂ ਅਗੇਨ ਮੈਂ ਉੱਥੇ ਥੋੜਾ ਸਟ੍ਰੈਸ ਫੇਡਾਂਗਾ ਜਦੋਂ ਅਸੀਂ ਗੱਲ ਕਰਦੇ ਆ ਨਾ ਅਸੀਂ ਸਾਰੇ ਉਹਨਾਂ ਅੱਠਾਂ ਮੁਲਕਾਂ ਦੀ ਗੱਲ ਕਰਦੇ ਆ ਜਿਨ੍ਹਾਂ ਨੂੰ ਇਹਨਾਂ ਨੇ ਇਕੱਠੇ ਕਰਨ ਦੇ ਕੀਤਾ ਹੋਇਆ ਹੈ ਕਿਹੜੇ ਕਿਹੜੇ ਮੁਲਕ ਆ ਜਾਂਦੇ ਨੇ ਸਾਊਥ ਏਸ਼ੀਆ ਜਦੋਂ ਕਹਿੰਦੇ ਉਹ ਜਿੱਦੋਂ ਅਫਗਾਨਿਸਤਾਨ ਹੋ ਗਿਆ ਪਾਕਿਸਤਾਨ ਹਿੰਦੁਸਤਾਨ ਨੇਪਾਲ ਹੋ ਗਿਆ ਪਟਾਨ ਹੋ ਗਿਆ ਥ੍ਰੀ ਲੰਕਾ ਹੋ ਗਿਆ ਮਾਰਸ਼ੀਸ ਹੋ ਗਿਆ ਸੋ ਇੱਕ ਟਾਈਮ ਤੇ 몰ਦੀਵਜ਼ ਵੀ 몰ਦੀਵਜ਼ ਵੀ ਹੋ ਗਿਆ ਸੋ ਇਹਨਾਂ ਦੀ ਸਾਰਿਆਂ ਦੇ ਰੰਗ ਵੱਖਰੇ ਨੇ ਜਿੱਦਾਂ ਕੁਦਰਤ ਦੇ ਰੰਗ ਵੱਖਰੇ ਨੇ ਸੋ ਤੁਸੀਂ ਇਦਾਂ ਥੋੜੀ ਕਹੋਗੇ ਵੀ ਹੁਣ ਜਿਹੜਾ ਗੁਲਾਬ ਤੇ ਗਿੰਦੇ ਨੂੰ ਅਸੀਂ ਇਕੱਠਾ ਕਰ ਦੇਣਾ ਇੱਕ ਰੰਗ ਕਰ ਦੇਣਾ ਜਾਂ ਜਿਹੜੀ ਗੁਲਾਬ ਦੀ ਐਗਜ਼ਿਸਟੈਂਸ ਮੋਕਾ ਕੇ ਉਹਦਾ ਨਾਂ ਗਿੰਦਾ ਰੱਖ ਦੇਣਾ ਇਸ ਸਭ ਨਾਲ ਕਿਤੇ ਸਾਊਥ ਏਸ਼ੀਆ ਦਾ ਵੱਖਰਾ ਝੰਡਾ ਹੀ ਨਾ ਬਣ ਜੇ ਮੈਨੂੰ ਲੱਗਦਾ ਫਿਰ ਜੇ ਝੰਡਾ ਬਣੂਗਾ ਤਾਂ ਨਾਮ ਹੋਊਗਾ ਯੂਨਾਈਟਿਡ ਸਟੇਟਸ ਆਫ ਸਾਊਥ ਏਸ਼ੀਆ ਸੋ ਇਹ ਜਿਹੜੇ ਇਹ ਜਿਹੜਾ ਨਾ ਕੈਨੇਡਾ ਆ ਇਹ ਜਿਹੜਾ ਉਹਨਾਂ ਸੋਵਰਨ ਕੰਟਰੀਜ਼ ਨੂੰ ਇਕੱਠਾ ਕਰਦਾ ਪਿਆ ਹੂੰ ਤੇ ਜਦੋਂ ਮੈਂ ਪਹਿਲਾਂ ਜਗਰ ਕੀਤਾ ਸੀ ਉੱਥੋਂ ਅਖੰਡ ਭਾਰਤ ਦੀ ਆਵਾਜ਼ ਆ ਰਹੀ ਆ ਸੋ ਇਹ ਥੋੜੇ ਆਪਾਂ ਇਦਾਂ ਪਿੱਛੇ ਨੂੰ ਹੋ ਕੇ ਦੇਖ ਲਈਏ ਆਪਾਂ ਕਰ ਕੀ ਰਹੇ ਆ ਹੂੰ ਤੇ ਜਿਹੜਾ ਸਾਡਾ ਜ਼ਾਤੀ ਨੁਕਸਾਨ ਹੋ ਰਿਹਾ ਉਹ ਤਾਂ ਇਹ ਹੋ ਰਿਹਾ ਵੀ ਜਿਹੜੇ ਸਾਡੇ ਬੱਚੇ ਆ ਜਦੋਂ ਮੈਂ ਕਹਿੰਦਾ ਨਾ ਸਾਡੇ ਉਹਦੇ ਵਿੱਚ ਮੁਸਲਮਾਨ ਭਰਾ ਹਿੰਦੂ ਸਾਰੇ ਹੀ ਆਉਂਦੇ ਨੇ ਔਰ ਉਹਨਾਂ ਦੇ ਬੱਚੇ ਜਦੋਂ ਜਿਹੜੇ ਉਹਨਾਂ ਦੇ ਪੁਰਖਿਆਂ ਦੀ ਜਿਹੜੀ ਵਿਰਾਸਤ ਹੈ ਉਹਨੂੰ ਭੁੱਲ ਕੇ ਇਹ ਮੇਰੇ ਖਿਆਲ ਜਿਹੜੀ ਟਰਮ ਸੀ ਨਾ ਇਹ ਪੀ ਕੋਹਨ ਇੱਕ ਇਕਨੋਮਿਸਟ ਹੋਏ ਨੇ ਅਮਰੀਕਾ ਤੋਂ ਇਹ ਉਹਨਾਂ ਨੇ ਪੌਪੂਲਰਾਈਜ਼ ਕੀਤੀ ਸੀ ਜਿਆਦਾ 1960 ਦੇਆਂ ਦੇ ਵਿੱਚ ਸੋ ਉਹਨਾਂ ਨੇ ਤਾਂ ਕੀਤੀ ਸੀ ਕਿਉਂਕਿ ਉਹਨਾਂ ਨੇ ਅੰਡਰਸਟੈਂਡ ਕਰਨਾ ਸੀ ਉਸ ਖਿੱਤੇ ਨੂੰ ਪਰ ਐਸੀ ਤਾਂ ਆਪਣੀ ਆਇਡੈਂਟੀਟੀ ਵੀ ਕੋਹਨ ਕਰਕੇ ਥੋੜੀ ਲੂਜ਼ ਕਰ ਦੇਣੀ ਆ ਉਹਨਾਂ ਦੇ ਤਾਂ ਕੋਈ ਆਪਣੇ ਜਾਤੀ ਮਫਾਦ ਹੋਊਗੇ ਬਿਲਕੁਲ ਅਸੀਂ ਬਨਾਲ ਸਾਹਿਬ ਜਿਹੜਾ ਇਹ ਮਿਊਜ਼ੀਅਮ ਬਣ ਰਿਹਾ ਆਖਰੀ 2 ਕੁ ਮਿੰਟ ਨੇ ਸਾਡੇ ਕੋਲ ਸੀ ਉੱਤੇ ਉਹਨੇ ਵਾਪਸ ਇਹ ਇਹਦੇ ਪਰਸੰਬਦ ਸੂਕੀ ਇਹਦਾ ਹੁਣ ਤੁਸੀਂ ਤੁਹਾਡਾ ਅਗਲਾ ਸਟੈਪ ਕੀ ਨੇ ਹੁਣ ਕਿੱਦਾਂ ਕਮਿਊਨਿਟੀ ਨੂੰ ਅਵੇਅਰ ਕਰਨਾ ਹੈ ਲੋਕਾਂ ਨੂੰ ਕਿੱਦਾਂ ਜਾਗਰੂਤ ਕਰਨਾ ਹੈ ਇਹਦੇ ਬਾਰੇ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਮੌਕਾ ਹੀ ਬਣ ਜਾਂਦਾ ਨਾ ਜੀ 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 ਇਹ ਬੜੀ ਚਿਰ ਤੋਂ ਚੀਜ਼ ਚੱਲਦੀ ਆਉਂਦੀ ਹੈ ਪਰ ਆ ਮਿਊਜ਼ੀਅਮ ਵਾਲੀ ਨਾਮ ਤੋਂ ਜਿਹੜਾ ਸੂਬਾ ਸਰਕਾਰ ਬੀਸੀ ਦੀ ਸੂਬਾ ਸਰਕਾਰ ਬਣਾ ਰਹੀ ਆ ਹੁਣ ਇਸ ਮੌਕੇ ਦੇ ਉੱਤੇ ਅਗਲੇ ਸਟੈਪਸ ਕੀ ਹੋਣਗੇ ਕਿੱਦਾਂ ਪਾਈਚਰੀ ਨੂੰ ਰੀਚ ਕਰ ਰਹੇ ਹੋ ਕਿੱਦਾਂ ਸਮਝਾ ਰਹੇ ਹੋ ਇਹਦਾ ਨਾਮ ਕਿੱਦਾਂ ਚੇਂਜ ਕੀਤਾ ਜਾ ਰਿਹਾ ਹੈ ਕਿ ਲੀਗਲੀ ਵੀ ਬੈਟਲ ਕੀਤੀ ਜਾ ਸਕਦੀ ਤੁਹਾਨੂੰ ਸਭ ਕੋ ਬਾਅਦ ਚ ਪੁੱ ਕਿ ਪਹਿਲਾਂ ਇਹ ਟਰਮ ਅਕੈਡਮੀਆ ਚ ਪੋਲਿਟਿਕਸ ਚ ਜਾਂ ਜਿਨ੍ਹਾਂ ਨੇ ਆਪਣਾ ਕੋਈ ਵਪਾਰੀ ਹੋ ਗਿਆ ਜਿਹੜਾ ਵਿੰਗ ਹੋ ਗਿਆ ਉਹ ਲੋਕ ਯੂਜ਼ ਕਰਦੇ ਸੀਗੇ ਹੁਣ ਇਹ ਜਿੱਦਾਂ ਨਾ ਉਬਲ ਕੇ ਬਾਹਰ ਆ ਰਹੀ ਆ ਤੇ ਜਦੋਂ ਉਬਲ ਕੇ ਬਾਹਰ ਤੋਂ ਮੇਰਾ ਭਾਵ ਹੈ ਜਿਦੋਂ ਸਾਡੇ ਬੱਚੇ ਆਈਡੈਂਟੀਫਾਈ ਕਰਨ ਲੱਪਨੇ ਆ ਆਪਣੇ ਆਪ ਨੂੰ ਸੋ ਸਾਨੂੰ ਉਹਦੇ ਨਾਲ ਬਹੁਤ ਪਰੇਸ਼ਾਨੀ ਹੋ ਰਹੀ ਆ ਕਿਉਂਕਿ ਜਿਹੜੇ ਖਿੱਤੇ ਚੋਂ ਅਸੀਂ ਆਏ ਆ ਅਸੀਂ ਉੱਥੇ ਵੀ ਇਹੀ ਕੁਲਦੇ ਰਹੇ ਤੇ ਇੱਥੇ ਵੀ ਉਹੀ ਹੋ ਰਿਹਾ ਤੋ ਇਹਦੀ ਅਗੇਨ ਸਾਡੀ ਬੇਨਤੀ ਜਿਹੜੀ ਆ ਉਹ ਇਹ ਆ ਕਿ ਤੁਸੀਂ ਪਲੀਜ਼ ਜਿੱਥੇ-ਜਿੱਥੇ ਰਹਿੰਦੇ ਹੋ ਆਪਣੇ ਐਮ.ਐਲ.ਏ ਆਪਣੇ ਕਾਉਂਸਲਰ ਆਪਣੇ ਐਮ.ਪੀ ਨੂੰ ਦੱਸੋ ਪੁੱਛੋ ਵੀ ਇਹ ਜਿਹੜੀ ਸਾਊਥ ਏਸ਼ੀਆ ਟਰਮ ਦੀ ਜਿਹੜੀ ਗੁਲਾਮੀ ਹੈ ਕੋਹੜਿਆ ਅਸੀਂ ਨਹੀਂ ਲੈਣਾ ਆਪਣੇ ਆਪ ਤੇ ਉਹਨਾਂ ਨੂੰ ਇਹ ਵੀ ਦੱਸੋ ਵੀ ਤੁਸੀਂ ਕੀ ਸੋਚਦੇ ਹੋ ਕਿ ਮਿਊਜ਼ੀਅਮ ਦਾ ਨਾਮ ਕੀ ਹੋਣਾ ਚਾਹੀਦਾ ਅੱਛਾ ਕਿਉਂਕਿ ਇਹਦੇ ਤੋਂ ਬਾਅਦ ਚੋਂ ਹੋਰ ਕੀ ਕੀ ਚੀਜ਼ਾਂ ਦੇ ਨਾਮ ਸਾਊਥ ਏਸ਼ੀਅਨ ਹੋਊਗੇ ਹੂੰ ਮਤਲਬ ਇਦਾਂ ਵੀ ਹੋਊਗਾ ਵੀ ਜਿਹੜੀਆਂ ਰੈਲੀਜਨਸ ਸਾਊਥ ਏਸ਼ੀਅਨ ਨੇ ਹਮ ਉਹਨਾਂ ਦੇ ਨਾਂ ਵੀ ਸਾਊਥ ਏਸ਼ੀਅਨ ਹੋਊਗੇ ਮਤਲਬ ਆਪਣੇ ਬੱਚੇ ਜਦੋਂ ਵੱਡੇ ਹੋ ਗਏ ਜਦੋਂ ਲੈਸੇ ਉਹ ਬਜ਼ੁਰਗ ਹੋ ਗਏ ਉਹ ਇਦਾਂ ਵੀ ਕਹੂਗੇ ਵੀ ਅਸੀਂ ਗੁਰੂਕਾਰ ਬਣਾਉਣਾ ਉਹਦਾ ਨਾਮ ਸਾਊਥ ਏਸ਼ੀਅਨ ਰੱਖਣਾ ਹੈ ਹਮ ਅਸੇ ਦੇ ਵਾਸਤੇ ਕੋਈ ਮੂਵਮੈਂਟ ਕੈਂਪੇਨ ਕੋਈ ਵੈਬਸਾਈਟ ਜਾਂ ਕੋਈ ਈਮੇਲ ਕੀ ਆਰਗੇਨਾਈਜ਼ ਕੀਤਾ ਜਾ ਕਿਦਾਂ ਲੋਕ ਰੀਚ ਆਊਟ ਕਰ ਸਕਦੇ ਕਿਉਂਕਿ ਲੋਕ ਮਹਿਸੂਸ ਤੇ ਕਰਦੇ ਹੀ ਹੋਣਗੇ ਨਹੀਂ ਨਹੀਂ ਆਫ ਕੋਰਸ ਵੈਬਸਾਈਟ ਸਾਡੀ ਹੈਗੀ iamnotsouthasian.com ਓਕੇ So all the information contact information mm. the biggest thing is this that legally there's arguments that can be made mm. but anytime something goes legal or delay say ho we don't want it to go to that we can use the law if we need to okay. but as Bhaji requested mm. if we're a democracy that means we hear every voice mm. and what we've realized in the last few weeks is everyone that has spoken out. not many people agree with so, this term ਤੁਹਾਨੂੰ ਸਭ ਦੇ ਕੰਦੇਮ ਵੱਲੋਂ ਪੀਸੀ ਲੀਗਲ ਤੌਰ ਤੇ ਨੂੰ ਚੈਲੰਜ ਦੇ ਕਰ ਸਕਦੇ ਆ ਪਰ ਲੀਗਲੀ ਫਿਰ ਤੁਹਾਨੂੰ ਪਤਾ ਹੀ ਨ ਲੰਬੇ ਚੌੜੇ ਕੰਮ ਕਿਦਾਂ ਹੋ ਜਾਂਦੇ ਆ ਸੋ ਜੇ ਅਸੀਂ 100 ਹੋ ਕੇ ਗੱਲ ਕਰੀਏ ਤੇ ਪ੍ਰੈਸ਼ਰ ਬਿਲਡ ਕਰਕੇ ਹੀ ਇਸ ਚੀਜ਼ ਨੂੰ ਮਨਾਇਆ ਜਾਏ ਤੇ ਉਹ ਜ਼ਿਆਦਾ ਵਧੀਆ ਗੱਲ ਹੋਊਗੀ ਔਰ ਤੁਸੀਂ ਦੇਖੋ ਨਾ ਇਸ ਮੋਰਕ ਦੀ ਖੂਬਸੂਰਤੀ ਇਹ ਹੈ ਕਿ ਜਦੋਂ ਇੱਥੋਂ ਦਾ ਸਿਟੀਜ਼ਨ ਸਰਕਾਰ ਕੋਲ ਫਰਿਆਦ ਲੈ ਕੇ ਜਾਂਦਾ ਉਹਦੀ ਸੁਣੀ ਜਾਂਦੀ ਆ ਜੇ ਉਹ ਵੈਲਿਡ ਹੈਗੀ ਆ ਸੋ ਸਾਡੀ ਬੇਨਤੀ ਹੈ ਵੀ ਲੋਕੀ ਇਸ ਮੁੱਦੇ ਬਾਰੇ ਗੱਲ ਕਰਨ ਤੇ ਇੱਕ ਕੰਸੈਂਸਸ ਰੀਚ ਹੋਊਗੀ ਬਿਲਕੁਲ ਠੀਕ ਬਈ ਇਹ ਵੈਲਿਡ ਹੈਗੀ ਨਹੀਂ ਵੈਲਿਡ ਹੈਗੀ ਹਾਂ ਹਾਂ ਸੋ ਇਦੀ ਨਾਮ ਤੇ ਹੋਏਗਾ ਬਿਲਕੁਲ ਅ ਅੱਜ 뮤ਜ਼ੀਅਮ ਦਾ ਕੱਲ ਸ਼ਾਇਦ ਕਿਸੇ ਸ਼ਹਿਰ ਦਾ ਨਾਮ ਰੱਖਣ ਦੀ ਤਜਵੀਜ਼ ਆ ਜਾਵੇ ਇਹ ਸਾਡੀ ਜਿਹੜੀ ਬੀਹੀ ਨੰਗ ਦੀ ਉਹਦਾ ਨਾਮ ਸਾਊਥ ਇਸ਼ੀਆਨ ਰੋਡ ਰੱਖਦੇ ਹੋ ਕਿਸੇ ਸਕੂਲ ਦੀ ਗੱਲ ਆ ਜੇ ਕਿਸੇ ਸਕੂਲ ਦੀ ਗੱਲ ਆ ਜੇ ਕਿਤੇ ਗੁਰੂ ਘਰ ਦੀ ਆ ਜਾਵੇ ਕਿਸੇ ਮਸਜਿਦ ਦੀ ਆ ਜਾਵੇ ਬਿਲਕੁਲ ਠੀਕ ਚਲੋ ਯਾ ਬਨਾਲ ਸਾਹਿਬ ਤੇ ਤੁਹਾਨੂੰ ਸਭ ਤੁਹਾਡਾ ਬਹੁਤ ਧੰਨਵਾਦ ਇਸ ਸਮਾਂ तकरीबन ਪੂਰਾ ਹੋ ਗਿਆ ਤੇ ਅੱਜ ਲਈ ਤੁਹਾਡਾ ਬਹੁਤ ਧੰਨਵਾਦ ਆਉਣ ਵਾਲੇ ਸਮੇਂ 'ਚ ਕੋਈ ਵੀ ਤੁਸੀਂ ਕੈਂਪੇਨ ਰਨ ਕਰਦੇ ਹੋ ਕੋਈ ਇੱਕ ਸਪੈਸ਼ਲ ਪ੍ਰੋਗਰਾਮ ਦਿੰਦੇ ਹੋ ਭਾਈਚਾਰੇ ਨੂੰ ਜਾਂ ਸੱਦਾ ਦੇਣਾ ਕਿਤੇ 71 ਹੋਣ ਦਾ ਕਮਿਊਨਿਟੀ ਮੀਟਿੰਗਸ ਕਰਦੀਆਂ ਤੇ ਪਲੇਟਫਾਰਮ ਤੁਹਾਡੇ ਲਈ ਆਲਵੇਸ ਖੁੱਲਾ ਜੀ ਜਦ ਮਰਜ਼ੀ ਆ ਕੇ ਤੁਸੀਂ ਆਪੀ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਥੈਂਕ ਯੂ ਸਸਕਰੀ ਥੈਂਕ ਯੂ ਥੈਂਕ ਯੂ ਸੋ ਆਇਹਦੇ ਪ੍ਰੋਗਰਾਮ ਚੈਨਈ 'ਚ ਮੈਨੂੰ ਜੋਗਰਾਜ ਸਿੰਘ ਕੱਲੋਂ ਨੂੰ ਦਿਓ ਆ ਗਿਆ ਤੁਸੀਂ ਤੇ ਇੱਕ ਤਰ੍ਹਾਂ ਦਾ ਪ੍ਰਾਈਮਰੀ ਸ਼ਰ